ਇਹੋ ਹੀ ਕਹਿੰਦੇ ਹਾਂ ਵੀ ਸਾਡੇ ਬੱਚੇ ਦਾ ਇਲਾਜ ਕਰਾ ਦੇ। ਜਦੋਂ ਅਸੀਂ ਘਰੇ ਲੈਣ ਦਾ ਫਿਰ ਅਸੀਂ ਸਾਡੇ ਕੋਲ ਪੈਸਾ ਨਹੀਂ ਸੀ ਹੁੰਦਾ ਤੇ ਇਹਨੂੰ ਅਸੀਂ ਖੜਨਾ ਕੀਤੀ ਮੁੰਡੇ ਦੇ ਘਰੋਂ ਵੀ ਅਸੀਂ ਕਈ ਵਾਰੀ 100-100 ਰੁਪਈਆ ਮੰਗ ਕੇ ਲਿਆ ਕੇ ਇਹਨੂੰ ਟੀਕਾ ਲਵਾਇਆ ਸੀ। ਉਹਨੇ ਹੱਥ ਰੰਦਾ ਬਾਥਰੂਮ ਮੈਂ ਖੜਦੀ, ਟੋਇਲਟ ਮੈਂ ਖੜਦੀ ਹਾਂ। ਹੁਣ ਇਹਦੀ ਤਾਂ ਨਿਗਾਹ ਵੀ ਬੰਦ ਹੁੰਦੀ ਜਾਂਦੀ ਨਿਗਾਹ। ਲੱਤ ਤੇ ਪੱਟੀਆਂ ਦੀ ਥਾਂ ਵੱਖ ਵੱਖ ਰੰਗਾਂ ਦੇ ਕੱਪੜੇ ਬੰਨੀ ਕੁਰਸੀ ਤੇ ਬੈਠੇ ਨੌਜਵਾਨ ਦੀਆਂ ਇਹ ਤਸਵੀਰਾਂ ਕਪੂਰਥਲਾ ਦੇ ਪਿੰਡ ਨਰਕਟ ਦੀਆਂ ਨੇ। ਕੁਰਸੀ ਤੇ ਬੈਠੇ ਨੌਜਵਾਨ ਨੂੰ ਦੇਖ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਨੌਜਵਾਨ ਨੂੰ ਅਜਿਹਾ ਕੀ ਹੋਇਆ ਜੋ ਇਸਨੇ ਆਪਣੀ ਲੱਤ ਤੇ ਕੱਪੜੇ ਬੰਨੇ ਹੋਏ ਨੇ। ਜਾਣਕਾਰੀ ਅਨੁਸਾਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਨੌਜਵਾਨ 1.5 ਸਾਲ ਤੋਂ ਇਸੇ ਤਰ੍ਹਾਂ ਕੁਰਸੀ ਤੇ ਬੈਠ ਕੇ ਆਪਣੀ ਜ਼ਿੰਦਗੀ ਕੱਟ ਰਿਹਾ ਤੇ ਇਹ ਚੱਲ ਫਿਰ ਵੀ ਨਹੀਂ ਸਕਦਾ। ਉਹ ਇਸ ਕਰਕੇ ਕਿਉਂਕਿ 1.5 ਸਾਲ ਪਹਿਲਾਂ ਜਦੋਂ ਇਹ ਨੌਜਵਾਨ ਘਰੋਂ ਆਪਣੇ ਕੰਮ ਤੇ ਗਿਆ ਤਾਂ ਉੱਥੇ ਇਸ ਨੂੰ ਸੱਪ ਨੇ ਡੱਸ ਲਿਆ, ਜਿਸ ਦੇ ਬਾਅਦ ਪਰਿਵਾਰ ਵਾਲੇ ਨੌਜਵਾਨ ਦਾ ਕਈ ਹਸਪਤਾਲਾਂ 'ਚੋਂ ਇਲਾਜ ਕਰਵਾ ਚੁੱਕੇ ਨੇ, ਪਰ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਪਰਿਵਾਰ ਇਸ ਦਾ ਸਹੀ ਤਰ੍ਹਾਂ ਇਲਾਜ ਨਹੀਂ ਕਰਵਾ ਸਕਿਆ। ਤੁਸੀਂ ਪੀੜਤ ਨੌਜਵਾਨ ਦੀ ਮਾਂ ਦੀ ਜਵਾਨੀ ਆਪ ਹੀ ਸੁਣ ਲਓ ਕਿ ਉਹ ਆਪਣੇ ਪੁੱਤ ਦੀ ਸਾਂਭ ਸੰਭਾਲ ਕਿਵੇਂ ਕਰਦੀ ਹੈ ਤੇ ਕਿਸ ਤਰ੍ਹਾਂ ਆਂਢ ਗੁਆਂਢ ਤੋਂ ਪੈਸੇ ਮੰਗ ਕੇ ਪੀੜਤ ਦੇ ਡਾਕਟਰ ਤੋਂ ਪੱਟੀਆਂ ਕਰਵਾਉਂਦੀ ਹੈ। ਇਹ ਕੰਮ ਤੇ ਗਿਆ ਸੀ ਜੀ, ਕੰਮ ਤੇ ਜਦੋਂ ਗਿਆ ਤੇ ਉਦੋਂ ਜਾ ਕੇ ਇਹਦੇ ਲੱਤ ਤੇ ਫਿਲਸਣੀ ਹੋਈ ਨੀਗੀ ਜੀ, ਤੇ ਜਦੋਂ ਘਰੇ ਆਇਆ ਤੇ ਕਹਿੰਦਾ ਵੀ ਮੇਰੀ ਮੰਮੀ ਫਿਲਸਣੀ ਹੋ ਗਈ ਆ। ਮੈਂ ਕਿਹਾ ਕੋਈ ਨਹੀਂ, ਗੋਲੀ ਗੋਲੀ ਖਾ ਕੇ ਤੇ ਤੂੰ ਟਾਈਮ ਪਾਸ ਕਰ, ਰਾਤ ਉਹਨੂੰ ਕਿੱਥੇ ਜਾਣਾ ਆਪਾਂ। ਤੇ ਅਸੀਂ ਸਵੇਰੇ ਵੀ ਜਿੱਦਾਂ ਫਿਲਸਣੀ ਫਿਸ ਗਈ ਤੇ ਇਹਦੇ ਅੰਗੂਰਾਂ ਵਰਗੂ ਐਡੜੇ ਛਾਲੇ ਹੋ ਗਏ, ਤੇ ਸਾਡੇ ਕੋਲ ਉਸ ਟਾਈਮ 'ਤੇ ਵੀ ਉੱਦਾਂ ਪੈਸਾ ਹੈ ਨਹੀਂ ਗਿਆ ਸੀ। ਇਸ ਮੁੰਡੇ ਨੇ ਸਾਨੂੰ ਗੱਡੀ ਕਰਾ ਕੇ ਦਿੱਤੀ ਅਤੇ ਫਿਰ ਅਸੀਂ ਬਿਆਸ ਲੈ ਕੇ ਗਏ। ਜਦੋਂ ਅਸੀਂ ਉਹਨਾਂ ਜਵਾਬ ਦਿੱਤਾ ਉਹ ਕਹਿੰਦੇ ਲੈ ਜਾਓ, ਇੱਥੇ ਇਲਾਜ ਹੈ ਨਹੀਂ ਗਾ। ਅਸੀਂ ਫਿਰ ਇਹਨੂੰ ਤਕਾਲੀ ਜੇ ਘਰੇ ਲੈਂਦਾ, ਫਿਰ ਰਾਤ ਨੂੰ ਸਾਨੂੰ ਟੇਕ ਨਹੀਂ ਆਈ ਤੇ ਅਸੀਂ ਐਂਬੂਲੈਂਸ ਮੰਗਾਈ, ਉਹਦੇ ਵਿੱਚ ਕੜਿਆ ਸੀ ਇਹਨੂੰ ਸ਼ਹਿਰ। ਉਹਨਾਂ ਨੇ ਸਾਨੂੰ ਉਹਦਾ ਦਾਖਲ ਤਾਂ ਕਰ ਲਿਆ ਪਰ ਇਲਾਜ ਨਹੀਂ ਸੀ ਸਹੀ ਸਾਡਾ ਕਰਦੇ। ਫਿਰ 1 ਮਹੀਨਾ ਰੱਖ ਕੇ ਉਹਨਾਂ ਸਾਨੂੰ ਤਾਂ ਜਵਾਬ ਦੇ ਦਿੱਤਾ ਹੈ। ਫਿਰ ਅਸੀਂ ਇੱਧਰ ਨਾਗੀ ਆਉਣਾ, ਇੱਥੇ ਵੀ ਉੱਦਾਂ ਖੜਦੇ ਰਹੇ, ਆਟੋ ਕਰਾ ਕੇ 1400-1400 ਰੁਪਈਆ ਦੇ ਕੇ ਜਾਂਦੀ ਰਹੀ, ਅਤੇ ਉੱਥੇ ਵੀ ਸਾਨੂੰ ਰੁਮਾਨ ਨਹੀਂ ਆਇਆ। ਫਿਰ ਅਸੀਂ ਅੰਮ੍ਰਿਤਸਰ ਵੀ ਖੜਿਆ, ਉੱਥੇ 10 ਦਿਨ ਰੱਖਿਆ, ਉਹਨਾਂ ਸਾਨੂੰ ਜਵਾਬ ਦੇ ਦਿੱਤੇ। ਜਦੋਂ ਅਸੀਂ ਘਰੇ ਲੈਣ ਦਾ ਫਿਰ ਅਸੀਂ ਸਾਡੇ ਕੋਲ ਪੈਸਾ ਨਹੀਂ ਸੀ ਹੁੰਦਾ ਤੇ ਇਹਨੂੰ ਅਸੀਂ ਖੜਨਾ ਕਿੱਥੇ ਸੀ। ਫਿਰ ਇੱਦਾਂ ਹੀ ਤਾਂ ਡੈਡੀ ਨੇ ਕੰਮ ਤੋਂ ਆਉਣਾ ਸੀ, ਫਿਰ 100-150 ਦੇ ਟੀਕੇ ਲਵਾਉਣੇ। ਆ ਮੁੰਡੇ ਦੇ ਘਰੋਂ ਵੀ ਅਸੀਂ ਕਈ ਵਾਰੀ 100-100 ਰੁਪਈਆ ਮੰਗ ਕੇ ਲਿਆ ਕੇ ਇਹਨੂੰ ਟੀਕਾ ਲਵਾਇਆ ਸੀ। ਇਹਨਾਂ ਦੀ ਸਾਂਭ ਮੈਂ ਹੀ ਕਰਦੀ ਹਾਂ। ਇਹਨਾਂ ਡੈਡੀ ਵੀ ਇਹਨਾਂ ਦਾ ਵੀ ਅਸੀਂ ਸੱਚ ਹੀ ਬੋਲਣਾ, ਇਹਨਾਂ ਡੈਡੀ ਵੀ ਨਹੀਂ ਹੱਥ ਲਾਉਂਦਾ। ਅਸੀਂ ਕਹੀਏ ਨਾ ਕਿਤੇ ਜ਼ਖਮ ਦੇਖ ਲਾ, ਅੱਜ ਸਵੇਰੇ ਵੀ ਮੈਂ ਰੋਵਾਂ, ਮੈਂ ਕਿਹਾ ਜ਼ਖਮ ਦੇਖ ਤਾਂ ਸਹੀ ਕਿੱਦਾਂ ਦਾ। ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਦੇਖਿਆ ਵਾ। ਉਹ ਸਾਨੂੰ ਇੱਦਾਂ ਕਹਿੰਦਾ ਮੈਂ ਜ਼ਖਮ ਦੇਖਿਆ ਹੀ ਆ, ਕੋਈ ਨਹੀਂ। ਉਹਨੇ ਹੱਥ ਲਾਉਂਦਾ, ਬਾਥਰੂਮ ਮੈਂ ਖੜਦੀ, ਟੋਇਲਟ ਵੀ ਮੈਂ ਖੜਦੀ ਹਾਂ, ਰੋਟੀ ਪਾਣੀ ਵੀ ਇਹਨੂੰ ਮੈਂ ਹੀ ਖਵਾਉਂਦੀ ਹਾਂ। ਆਉਂਦੀ ਤਾਂ ਹੈਗੀ, ਹੁਣ ਮੈਂ ਤਾਂ ਇੱਕ ਦਿਨ ਡਿੱਗ ਵੀ ਪਈ, ਉਦਣ ਦੀ ਮੇਰੇ ਗੋਡੇ 'ਤੇ ਸੱਟ ਵੀ ਲੱਗੀ ਹੈ। ਜਿੱਦਣ ਇਹਨੂੰ ਮੈਂ ਲੈ ਕੇ ਇੱਥੇ ਬਾਥਰੂਮ 'ਚ ਮੀਂਹ ਪੈਂਦਾ ਸੀ ਤਾਂ ਮੈਂ ਡਿੱਗ ਪਈ ਅਤੇ ਮੇਰੇ ਗੋਡੇ 'ਤੇ ਸੱਟ ਲੱਗ ਗਈ ਹੈ। ਹੁਣ ਇਹਦੀ ਤਾਂ ਨਿਗਾਹ ਵੀ ਬੰਦ ਹੁੰਦੀ ਜਾਂਦੀ, ਨਿਗਾਹ ਵੀ ਘੱਟ ਹੋ ਗਈ ਹੈ ਜੀ ਇਹ ਜ਼ਖਮ ਦੇ ਨਾਲ ਹੀ। ਦਰਦਨ ਦੇ ਟੀਕੇ ਲਵਾਈ ਦੇ, ਫਿਰ ਆ ਲੱਗ ਗਏ ਮੁੰਡਾ ਉਹਦੇ ਕੋਲ ਟੀਕਾ ਲਵਾਈ ਦਾ। ਉਹ ਉੰਨਾ ਚਿਰ ਮੁੰਡਾ ਹਿੱਲਦਾ ਨਹੀਂ ਜਿੰਨਾ ਚਿਰ ਸਾਡੇ ਕੋਲ ਪੈਸੇ ਨਾ ਲਵੇ। ਅਸੀਂ ਕਹੀਏ ਨਾ 10 ਰੁਪਈਏ ਘੱਟ ਹੈ, ਉਹ ਕਹਿੰਦਾ 10 ਵੀ ਪਹਿਲਾਂ ਦਵੋ ਜ਼ਿਆਦਾ ਫੇਰ ਦਿਓ। ਉਹਨਾਂ ਚਿਰ ਹਿੱਲਦਾ ਨਹੀਂ, ਉਹਨੇ ਗੋਲੀਆਂ ਦੇ ਕੇ ਜਾਣੀਆਂ ਤਾਂ 80 ਰੁਪਈਏ ਲੈ ਲੈਣੇ ਇੱਕ ਟੀਕਾ ਲਾਉਣਾ। ਸਾਡੇ ਪਿੰਡ 'ਚ ਹੈ ਤਾਂ ਬਹੁਤ ਆ, ਬਾਹਰ ਅੰਦਰ ਵੀ ਗਏ ਆ, ਪਰ ਨਹੀਂ ਕਿਸੇ ਦੀ ਗੱਲ ਨਹੀਂ ਸੁਣਦੇ। ਸਾਡੀ ਮੇਰੀ 1 ਗੁੱਡੀ ਆ ਅਤੇ ਉੱਦਾਂ ਮੇਰੇ 3 ਕਾਕੇ, ਪਰ 1 ਨੂੰ ਅਸੀਂ ਮਿਲਦੇ ਵਰਤਦੇ ਨਹੀਂ ਹਾਂ, ਅਤੇ 1 ਜਿਹੜਾ ਉਹ ਨਸ਼ਾ ਖਾਂਦਾ।
ਇਹਦਾ ਹੀ ਸਹਾਰਾ ਸੀ ਅਤੇ ਇਹੋ ਹੀ ਬਹਿ ਗਿਆ ਮੰਜੀ 'ਤੇ। ਅਸੀਂ ਉਹ ਇਹੋ ਹੀ ਕਹਿੰਦੇ ਹਾਂ ਵੀ ਸਾਡੇ ਬੱਚੇ ਦਾ ਇਲਾਜ ਕਰਾ ਦੇ। ਪੀੜਤ ਨੌਜਵਾਨ ਦੀ ਮਾਂ ਦੇ ਦੱਸਣ ਮੁਤਾਬਕ ਉਸਦਾ ਪਤੀ ਮੁੰਡੇ ਦੀ ਸਾਂਭ ਸੰਭਾਲ ਨਹੀਂ ਕਰਦਾ ਅਤੇ ਉਹਨਾਂ ਦਾ ਇੱਕ ਪੁੱਤ ਨਸ਼ੇ ਦੀ ਦਲਦਲ 'ਚ ਫਸ ਚੁੱਕਿਆ। ਪੀੜਤ ਦੀ ਮਾਂ ਨੇ ਸਮਾਜ ਸੇਵੀਆਂ ਨੂੰ ਉਹਨਾਂ ਦੀ ਮਦਦ ਕਰਨ ਦੀ ਗੁਹਾਰ ਲਾਈ। ਉਧਰ ਪਿੰਡ ਦੇ ਇੱਕ ਵਿਅਕਤੀ ਨੇ ਪਿੰਡ ਦੇ ਲੋਕਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਪੀੜਤ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਅਪੀਲ ਕੀਤੀ। ਇਲਾਜ ਦੀ ਲੋੜ ਆ ਜੀ, ਪੈਸਿਆਂ ਦੀ ਕੋਈ ਵੱਡੀ ਲੋੜ ਨਹੀਂ ਹੈਗੀ। ਇਹਦਾ ਇਲਾਜ ਮਤਲਬ ਹੋਣਾ ਚਾਹੀਦਾ ਬੱਚੇ ਦਾ, ਗੁਰਦਾਸ ਸਿੰਘ ਦਾ 1.5 ਸਾਲ ਹੋ ਗਿਆ ਇਹਨੂੰ ਮੰਜੇ 'ਤੇ ਪੈਣ ਨੂੰ, ਇਹੋ ਇਕੱਲਾ ਹੀ ਸਹਾਰਾ ਆਪਣੀ ਮਾਂ ਦਾ, ਅਤੇ ਇਲਾਜ ਮਤਲਬ ਹੋਣਾ ਚਾਹੀਦਾ। ਅਸੀਂ ਇਹ ਇਹੋ ਹੀ ਬੇਨਤੀ ਕਰਦੇ ਹਾਂ ਵੀ ਤੁਹਾਡੇ ਚੈਨਲ ਦੇ ਥਰੂ ਅਸੀਂ ਉਹ ਕਹਿਣਾ ਚਾਹੁੰਦੇ ਹਾਂ ਜੀ ਵੀ ਇਹ ਬੱਚੇ ਦਾ ਇਲਾਜ ਹੋ ਗਿਆ। ਚਲੋ ਠੀਕ ਹੈ ਜੀ, ਹੁਣ ਦੇਖਣਾ ਇਹ ਹੋਵੇਗਾ ਕਿ 1.5 ਸਾਲ ਤੋਂ ਚੱਲਣ ਫਿਰਨ ਤੋਂ ਲਾਚਾਰ ਹੋ ਕੇ ਘਰ ਬੈਠੇ ਪੀੜਤ ਨੌਜਵਾਨ ਅਤੇ ਆਰਥਿਕ ਤੰਗੀ 'ਚੋਂ ਲੰਘ ਰਹੇ ਇਸ ਗਰੀਬ ਪਰਿਵਾਰ ਦੀ ਮਦਦ ਲਈ ਕੌਣ ਫਰਿਸ਼ਤਾ ਬਣ ਕੇ ਆਉਂਦਾ ਤਾਂ ਜੋ ਪੀੜਤ ਨੌਜਵਾਨ ਦਾ ਸਹੀ ਤਰ੍ਹਾਂ ਇਲਾਜ ਹੋ ਸਕੇ ਅਤੇ ਉਹ ਆਪਣੇ ਬੁੱਢੇ ਮਾਂ ਪਿਓ ਦਾ ਸਹਾਰਾ ਬਣ ਸਕੇ। ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ। ਸੱਤ ਇਲਮਾਂ ਦੇ ਬੇਤਾਜ ਬਾਦਸ਼ਾਹ ਵਸ਼ੀਕਰਨ ਸਪੈਸ਼ਲਿਸਟ ਬਾਬਾ ਸਲੀਮ ਖਾਨ, ਹਰ ਸਮੱਸਿਆ ਦਾ ਫ੍ਰੀ ਚ ਕਰਾਓ ਸਮਾਧਾਨ ਕਾਲੇ ਇਲਮ ਦੁਆਰਾ। ਲਵ ਮੈਰਿਜ, ਪਤੀ ਪਤਨੀ 'ਚ ਅਣਬਣ, ਨੌਂ ਦਾ ਵਸ਼ੀਕਰਨ, ਵਿਦੇਸ਼ ਯਾਤਰਾ 'ਚ ਰੁਕਾਵਟ, ਸੌਧਨ ਦੁਸ਼ਮਣ ਤੋਂ ਛੁਟਕਾਰਾ, ਜਾਦੂ ਟੂਣੇ ਦਾ 100% ਗਰੰਟੀ ਨਾਲ ਕਰਾਓ ਖਾਤਮਾ, ਲਾਟਰੀ ਨੰਬਰ ਸਪੈਸ਼ਲਿਸਟ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, 85295 47283।